ਨਹੀਂ ਹੁੰਦਾ ਪਰ ਸਿਆਣੇ ਕਹਿੰਦੇ ਆ ਸੰਗਤ ਨਿਮਾਣਿਆਂ ਦਾ ਮਾਣ ਨਿਤਾਣਿਆਂ ਦਾ ਤਾਣ ਹੈ ਲਓ ਬੇਨਤੀ ਆ ਖੁਸ਼ ਹੋ ਬੇਨਤੀ ਆ ਕੀ ਜਾ ਰਹੇ ਮੈਂ ਕਰੀ ਜਾਂਦਾ ਤੂੰ ਲਿਖ ਕੇ ਦੇ ਮੈਨੂੰ ਕੋਈ ਕੁਛ ਨਹੀਂ ਪੈਂਦਾ ਪੱਲੇ ਵਾਲਾ ਛੰਦ ਜ਼ਰੂਰ ਲਾ ਦਿਓ ਪੀਰਾਂ ਦੀ ਫਰਮਾਇਸ਼ ਹੈ ਕੁਛ ਨੀ ਪੈਂਦਾ ਪੱਲੇ ਗੁੱਸਾ ਨਾ ਕੋਈ ਵੀਰ ਕਰ ਜੋ ਸਾਰੀਆਂ ਜਾਤਾਂ ਦੇ ਨਾਂ ਆਉਣਗੇ ਤੁਹਾਡੇ ਦਰਸ਼ਨ ਸਾਲ ਭਰ ਮਗਰੋਂ ਥਿਆਏ ਕੈਸੀ ਚਾਲ ਜ਼ਮਾਨੇ ਦੀ ਆ ਕੋਈ ਨਾ ਬੋਲੇ ਸੱਚ ਕਦੀ ਕੈਸੀ ਚਾਲ ਜ਼ਮਾਨੇ ਦੀ ਆ ਕੋਈ ਨਾ ਬੋਲੇ ਸੱਚ ਕਦੀ ਆ ਬੇਈਮਾਨੀ ਕਪਟ ਤ੍ਰਿਸ਼ਨਾ ਸਭ ਦੇ ਅੰਦਰ ਭੁੱਖ ਵਧੀ ਬੇਈਮਾਨੀ ਕਪਟ ਤ੍ਰਿਸ਼ਨਾ ਸਭ ਦੇ ਅੰਦਰ ਭੁੱਖ ਵਧੀ ਇਸ ਘਰ ਦੇ ਵਿੱਚ ਚਾਰ ਆਦਮੀ ਹੋ ਗਏ ਕੱਲੇ ਕੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ ਬਿਨਾਂ ਕਪਾਹ ਤੋਂ ਜੱਟ ਦੇ ਜੀਰੀ ਹੋ ਗਈ 60,000 ਦੀਆਂ ਬਿਨਾਂ ਕਪਾਹ ਤੋਂ ਜੱਟ ਦੇ ਜੀਰੀ ਹੋ ਗਈ 60,000 ਦੀਆਂ ਅਜੇ ਵੀ ਕਹਿੰਦਾ ਕੁਛ ਨੀ ਬਚਦਾ ਪਾਣੀ ਮੂਹੇ ਮਾਰਦੀਆਂ ਅਜੇ ਵੀ ਕਹਿੰਦਾ ਕੁਛ ਨੀ ਬਚਦਾ ਪਾਣੀ ਮੂਹੇ ਮਾਰਦੀਆਂ 60-65 ਦਾ ਤੇਲ ਹਮੇਸ਼ਾ ਪੀਟਰ ਦੇ ਵਿੱਚ ਜੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ ਲੈ ਪੁੱਛ ਕਿਸੇ ਨੂੰ ਬਈ ਉਹ ਕਹਿੰਦੇ ਕੁਛ ਨੀ ਪੈਂਦਾ ਪੱਲੇ ਦਰਜੀ ਵੀਰ ਨੂੰ ਛੇੜ ਲਿਆ ਮੈਂ ਕਹਿੰਦਾ ਮੁਸ਼ਕਿਲ ਡੰਗ ਲੈਂਦਾ ਦਰਜੀ ਵੀਰ ਨੂੰ ਛੇੜ ਲਿਆ ਮੈਂ ਕਹਿੰਦਾ ਮੁਸ਼ਕਿਲ ਡੰਗ ਲੈਂਦਾ ਪੈਂਟ ਸਵਾਈ ਪੂਰੇ 40-30 ਕੁੜਤੇ ਦੇ ਮੰਗ ਲੈਂਦਾ ਪੈਂਟ ਸਲਾਈ ਪੂਰੇ 40-30 ਕੁੜਤੇ ਦੇ ਮੰਗ ਲੈਂਦਾ ਰੇ ਨੀ ਪਾਉਣੀ ਤੇਲ ਨੀ ਮਚਦਾ ਇੱਕ ਉਂਗਲ ਨਾਲ ਚੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ 12 ਮਹੀਨੇ 30 ਦਿਨ ਲੋਕੀ ਪੰਡਤਾਂ ਤਾਈਂ ਛਕਾਉਂਦੇ ਆ 12 ਮਹੀਨੇ 30 ਦਿਨ ਲੋਕੀ ਪੰਡਤਾਂ ਤਾਈਂ ਛਕਾਉਂਦੇ ਆ ਜਦੋਂ ਆਉਣ ਸਰਾਦ 15 ਸਣੇ ਜਵਾਕ ਲਿਆਉਂਦੇ ਆ ਜਦੋਂ ਆਉਣ ਸਰਾਦ 15 ਸਣੇ ਜਵਾਕ ਲਿਆਉਂਦੇ ਆ ਅਜੇ ਵੀ ਮੰਗਦੇ ਦੰਦ ਕਸਾਈ ਕੌਣ ਇਹਨਾਂ ਨੂੰ ਠੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ ਮਾਨਕ ਸ਼ਾਹ ਜੀ ਆ ਕੇ ਸਾਡਾ ਸਭਾ ਚ ਮਾਣ ਵਧਾਉਂਦੇ ਆ ਮਾਨਕ ਸ਼ਾਹ ਜੀ ਆ ਕੇ ਸਾਡਾ ਸਭਾ ਚ ਮਾਣ ਵਧਾਉਂਦੇ ਆ ਨਾਲੇ ਐਸ ਜਗ੍ਹਾ ਤੇ ਉਹ ਉੱਚੀਆਂ ਕਵਿਤਾ ਗਾਉਂਦੇ ਆ ਨਾਲੇ ਐਸ ਜਗ੍ਹਾ ਤੇ ਵੀਰ ਉਹ ਉੱਚੀਆਂ ਕਵਿਤਾ ਗਾਉਂਦੇ ਆ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਮਨਾਈ ਹੋ ਗਈ ਬੱਲੇ ਬੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ ਖੇਤਾਂ ਚੋਂ ਖੱਬਲ ਇਕੱਠਾ ਮੇਰੀ ਪੁੰਨਦੀ ਦਾਣਿਆਂ ਨੂੰ ਉਹ ਕਰ ਖੇਤਾਂ ਚੋਂ ਖੱਬਲ ਇਕੱਠਾ ਮੇਰੀ ਪੁੰਨਦੀ ਦਾਣਿਆਂ ਨੂੰ ਉਹ ਅੱਧਿਆਂ ਵਿੱਚੋਂ ਅੱਧੇ ਕੱਢਦੀ ਕੱਖ ਨੀ ਦਿੰਦੀ ਨਿਆਣਿਆਂ ਨੂੰ ਅੱਧਿਆਂ ਵਿੱਚੋਂ ਅੱਧ ਕੱਢਦੀ ਕੱਖ ਨੀ ਦਿੰਦੀ ਨਿਆਣਿਆਂ ਨੂੰ ਉਹ ਰਹਿੰਦੇ ਖੁੰਦੇ ਪਾਰ ਮਾਰਦੀ ਲਾ ਦਾਤੀ ਦੇ ਟੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ ਵੇਖੇ ਬੱਸਾਂ ਵਿੱਚ ਕੰਡਕਟਰ ਪੈਸੋਂ ਪਾਸਾ ਵੱਟਦੇ ਨੀ ਵੇਖੇ ਬੱਸਾਂ ਵਿੱਚ ਕੰਡਕਟਰ ਪੈਸੋਂ ਪਾਸਾ ਵੱਟਦੇ ਨੀ ਪੈਸੇ ਫੜ ਕੇ ਜੇਬ ਚ ਪਾਉਂਦੇ ਟਿਕਟ ਕਿਸੇ ਦੀ ਕੱਟਦੇ ਨੀ ਪੈਸੇ ਫੜ ਕੇ ਜੇਬ ਚ ਪਾਉਂਦੇ ਟਿਕਟ ਕਿਸੇ ਦੀ ਕੱਟਦੇ ਨੀ ਜੇਕਰ 5 ਘੱਟ ਹੋਵੇ ਤਾਂ ਕਹਿੰਦੇ ਉੱਤਰ ਬੀਬੀ ਥੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ ਕਹਿੰਦੇ ਮਾਸਟਰ ਕਹਿੰਦੇ ਕੁਛ ਨੀ ਬਚਦਾ ਕਿਹਨੂੰ ਆਖ ਸੁਣਾਈਏ ਜੀ ਉਹ ਟੀਚਰ ਕਹਿੰਦੇ ਕੁਛ ਨੀ ਬਚਦਾ ਅਸੀਂ ਕਿੱਧਰ ਨੂੰ ਜਾਈਏ ਜੀ ਓਏ 8 ਵਜੇ ਤੋਂ ਕੁਰਸੀ ਉੱਤੇ 12 ਮਸਾਂ ਵਜਾਈਏ ਜੀ 8 ਵਜੇ ਤੋਂ ਕੁਰਸੀ ਉੱਤੇ 12 ਮਸਾਂ ਵਜਾਈਏ ਜੀ ਚਾ ਵੇਲੇ ਨੂੰ ਮੁੰਡੇ ਪਿੰਡ ਵਿੱਚ ਆਂਡੇ ਲੈਣ ਦਵੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ ਸੰਤ ਸੁਖੀ ਤਾਂ ਭੈਣ ਨੇ ਆ
ਕੇ ਇੱਥੇ ਨਾਮ ਬਤਾਇਆ ਹੈ। ਇਸ ਵਕਤ ਸੁਖੀ ਦਾ ਭੈਣ ਵੀਰੋ ਇੱਥੇ ਨਾਮ ਬਤਾਇਆ ਹੈ। ਮੁਹੰਮਦ ਸਦੀਕ ਨੇ ਸਾਨੂੰ ਆ ਕੇ ਵੀਆਂ ਦਾ ਨੋਟ ਫੜਾਇਆ ਹੈ। ਮੁਹੰਮਦ ਸਦੀਕ ਨੇ ਸਾਨੂੰ ਆ ਕੇ ਪੰਜਾਹਾਂ ਦਾ ਨੋਟ ਫੜਾਇਆ ਹੈ। ਕਹਿੰਦਾ ਬਈ ਮੇਰੀ ਤੁਸੀਂ ਮੰਨੋ ਬੇਨਤੀ, ਖੜੇ ਬੈਠ ਜੋ ਥੱਲੇ। ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ। ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ। ਅਵਤਾਰ ਬਾਬੂ ਦਾ ਬੱਚਾ ਜਿਹੜਾ ਮਨੀ ਜੋ ਨਾਮ ਬਤਾਇਆ ਹੈ। ਅਵਤਾਰ ਬਾਬੂ ਦਾ ਬੱਚਾ ਸੁਣ ਲਓ ਮਨੀ ਜੋ ਨਾਮ ਬਤਾਇਆ ਹੈ। ਦਿਨੋ ਦਿਨ ਤਾਂ ਬੱਚੇ ਇਸ ਦਾ ਹੋ ਜੂ ਭਾਗ ਸਵਾਇਆ ਹੈ। ਦਿਨੋ ਦਿਨ ਤਾਂ ਬੱਚੇ ਇਸ ਦਾ ਹੋ ਜੂ ਭਾਗ ਸਵਾਇਆ ਹੈ। ਸਾਰੀ ਉਮਰ ਤਾਂ ਇਸ ਬੱਚੇ ਦੀ ਕਲਮ ਲੱਖਾਂ ਤੇ ਚੱਲੇ। ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ। ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ। ਕਹਿੰਦਾ ਮੁੱਲਾਪੁਰ ਤੋਂ ਪੰਡਿਤ ਵੀਰ ਤਾਂ ਸਾਡਾ ਮਾਣ ਵਧਾ ਗਿਆ ਹੈ। ਮੁੱਲਾਪੁਰ ਤੋਂ ਪੰਡਿਤ ਆ ਕੇ ਸਾਡਾ ਮਾਣ ਵਧਾ ਗਿਆ ਹੈ। ਸਭਾ ਬੀਚ ਮੇ ਆ ਕੇ ਸਾਨੂੰ ਦਸਾਂ ਦਾ ਨੋਟ ਫੜਾ ਗਿਆ ਹੈ। ਸਭਾ ਬੀਚ ਮੇ ਆ ਕੇ ਵੀਰੋ ਦਸਾਂ ਦਾ ਨੋਟ ਫੜਾ ਗਿਆ ਹੈ। ਹੋਰ ਵੀ ਮੇਰੇ ਵੀਰ ਪਿਆਰਿਆ ਬੜੇ ਰੁਪਈਏ ਕੱਲੇ। ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ। ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ। 60 ਰੁਪਈਏ ਪੱਗ ਕਸ਼ਹਿਰਾ ਪਾਠੀ ਜਾਣ ਸੁਣਾਈ ਹੈ। 60 ਰੁਪਈਏ ਪੱਗ ਕਸ਼ਹਿਰਾ ਪਾਠੀ ਜਾਣ ਸੁਣਾਈ ਹੈ। ਅਜੇ ਵੀ ਕਹਿੰਦੇ ਕੁਛ ਨੀ ਬਚਦਾ ਪਾਣੀ ਦੀ ਮਗਿਆਈ ਹੈ। ਅਜੇ ਵੀ ਕਹਿੰਦੇ ਕੁਛ ਨੀ ਬਚਦਾ ਪਾਣੀ ਦੀ ਮਗਿਆਈ ਹੈ। ਪਾਗਰੀ ਬਦਾਮ ਚੁਹਾਰੇ ਰੱਖਣ ਵੀਰ ਦੇ ਥੱਲੇ। ਲਾ ਪੁੱਛ ਕਿਸੇ ਭਾਵੇਂ ਵਿਕਰ ਕੰਗ ਇੰਗਲੈਂਡ ਤੋਂ ਆ ਕੇ ਪਿਆਂ ਦਾ ਨੋਟ ਫੜਾਉਂਦਾ ਹੈ। ਗਿਆਨੀ ਇੰਗਲੈਂਡ ਤੋਂ ਆ ਕੇ ਪੰਜਾਹਾਂ ਦਾ ਨੋਟ ਫੜਾਉਂਦਾ ਹੈ। ਪ੍ਰੋਫੈਸਰ ਦੇ ਮੇਲੇ ਉੱਤੇ ਸਾਡਾ ਮਾਣ ਵਧਾਉਂਦਾ ਹੈ। ਪ੍ਰੋਫੈਸਰ ਦੇ ਮੇਲੇ ਉੱਤੇ ਸਾਡਾ ਮਾਣ ਵਧਾਉਂਦਾ ਹੈ। ਕਹਿੰਦਾ ਵੀ ਦਿਨੋ ਦਿਨ ਹੋ ਜੂ ਭਾਗ ਸਵਾਇਆ, ਹੋ ਜੂ ਬੱਲੇ ਬੱਲੇ। ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ। ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ। ਬਰਫੀ ਲੱਡੂ ਜਲੇਬੀ ਨੁਗਦੀ ਵਿਆਹ ਵਿੱਚ ਖਾਂਦੇ ਨਾਈ ਐ। ਨਾਨਕ ਨੇ ਤਾਂ ਵੀਰੋ ਸਾਨੂੰ ਦਿੱਤੇ 50 ਰੁਪਈਏ ਜੀ। ਬਰਫੀ ਲੱਡੂ ਜਲੇਬੀ ਨੁਗਦੀ ਵਿਆਹ ਵਿੱਚ ਖਾਂਦੇ ਨਾਈ ਐ। ਹਾਂ ਬਰਫੀ ਲੱਡੂ ਜਲੇਬੀ ਵੀਰੋ ਵਿਆਹ ਵਿੱਚ ਖਾਂਦੇ ਨਾਈ ਐ। ਅਜੇ ਵੀ ਕਹਿੰਦੇ ਕੁਛ ਨੀ ਬਚਦਾ ਪਾਣੀ ਦੀ ਮਗਿਆਈ ਐ। ਅਜੇ ਵੀ ਕਹਿੰਦੇ ਕੁਛ ਨੀ ਬਚਦਾ ਉਸ ਦੀ ਰੋ ਮਗਿਆਈ ਐ। 50 ਰੁਪਈਏ ਇੱਕ ਸੂਟ ਜੋ ਨੈਣ ਡੋਲਿਓ ਲਿਆਈ ਐ। 50 ਰੁਪਈਏ ਇੱਕ ਸੂਟ ਜੋ ਨੈਣ ਡੋਲਿਓ ਲਿਆਈ ਐ। ਕੈਂਚੀ ਮੋਚਨਾ ਸਹੀ ਸਲਾਮਤ ਤਿੰਨ ਪੀੜੀਆਂ ਚੱਲੇ। ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ। ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ। ਜਾਤ ਪਾਣੀਆਂ ਸਿਆਣੀ ਹੁੰਦੀ ਮੂੰਹ ਤੇ ਮਿੱਠਾ ਬੋਲੇ ਜੀ। ਜਾਤ ਪਾਣੀਆਂ ਸਿਆਣੀ ਹੁੰਦੀ ਮੂੰਹ ਤੇ ਮਿੱਠਾ ਬੋਲੇ ਜੀ। 5 ਸੇਰ ਜੇ ਕਣਕ ਲਿਜਾਈਏ ਤਿੰਨ ਸੇਰ ਹੀ ਤੋਲੇ ਜੀ। 5 ਸੇਰ ਜੇ ਕਣਕ ਲਿਜਾਈਏ ਤਿੰਨ ਸੇਰ ਹੀ ਤੋਲੇ ਜੀ। ਮਗਰੋਂ ਜਵਾਕਾਂ ਨੂੰ ਖੁਸ਼ ਕਰਨ ਦਾ ਮਾਰਾ ਰੂੰਗਾ ਦੇ ਦੇ ਕੱਲੇ। ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਤੇ ਸਟੇਜ ਦੀ ਕਮਾਂਡ ਜੋ ਕਰਦਾ ਹੈ। ਸਿੰਘ ਦਾ ਵੀਰ ਉਹ ਬੜੀ ਤੋਂ ਸਟੇਜ ਦੀ ਕਮਾਂਡ ਜੋ ਕਰਦਾ ਹੈ। ਕਹਿੰਦਾ ਆਪੋ ਆਪਣੇ ਟਾਈਮ ਭਗਤਾਉਂਦਾ ਨਹੀਂ ਕਿਸੇ ਤੋਂ ਡਰਦਾ ਹੈ। ਆਪੋ ਆਪਣੇ ਟਾਈਮ ਭਗਤਾਓ ਨਹੀਂ ਕਿਸੇ ਤੋਂ ਡਰਦਾ ਹੈ। ਕਹਿੰਦਾ ਤੁਹਾਡਾ ਪੂਰਾ ਟਾਈਮ ਹੋ ਗਿਆ, ਤੁਸੀਂ ਬੈਠ ਜੋ ਥੱਲੇ। ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ। ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨੀ ਪੈਂਦਾ ਪੱਲੇ। ਲਈ ਸੰਗਤ ਜੀ ਇੱਕ ਕਵਿਤਾ।